अज लोहारका रोड बाईपास के उत्ते जो रणजीत एवन्यू तो बाहर निकली दा तो उधरों लोहारका रोड नूं मुड़ी दा ये तो बड़े चिर की डिमांड सी साडे मानयोग श्री सुनील दत्ती जी MLA साहब और विधायक जिहड़े डॉक्टर राजकुमार विरका जी उन्हां वल्लों भी सी और खासकर साडे इस इलाके दीआं कलोनियां जिस दीआं भी साडे मोहतबर सज्जन ने कौंसलर साहबान ने इत्थे हरपन औजला जी कवलजीत सिंह ढिल्लों जी इन्हां दे नाल जिहड़े कलोनियां दे जिहड़े मोहतबर सज्जन सारे सरपंचां सारे दी डिमांड सी इत्थे पुल बनना चाहिए क्योंकि जिहड़ा बाईपास इत्थे एक्सीडेंट बहुत होंदे रोंग साइड जाण करके बड़े लोगों की जान गई आ सो इन्हां दी मांग नूं मुख रखदे होए मैं धन्नवाद करदा गडकरी साहब का उन्हां तों असीं पार्लीमेंट के बाहर भी अंदर भी उन्होंने बार बार मुलाकात करके ये कंप्लीट होया 19.5 करोड़ का 1 किलोमीटर लंबा ये पुल बनना जिदे थले रणजीत एवन्यू तो बाहर निकलते आ रहे सामने भी रस्ता होएगा और पिलर के उत्ते होएगा और ब्यास तो लैके अमृतसर तक सारे जिहड़े डार्क स्पॉट से ਉਹਦਾ ਤੁਸੀਂ ਪਾਰਲੀਮੈਂਟ 'ਚ ਜਵਾਬ ਸੁਣਿਆ ਵੀ ਗਡਕਰੀ ਸਾਹਿਬ ਦਾ ਮੈਨੂੰ ਉਹਨਾਂ ਦਿੱਤਾ ਸੀ ਕਿ ਜਿਹੜੇ ਤੁਸੀਂ ਕਹੇ ਉਹਨਾਂ ਮੈਨੂੰ ਦੱਸਿਆ ਕਿ ਜਿਹੜੇ ਤੁਸੀਂ MP ਸਾਹਿਬ ਕਹੇ ਸੀ ਉਹ ਸਾਰੇ ਬਲੈਕ ਸਪੋਟ ਅਸੀਂ ਦੂਰ ਕਰ ਰਹੇ ਹਾਂ ਜਿੰਨੇ ਮਿੱਟੀ ਵਾਲੇ ਪੁਲ ਸੀ ਤੁਸੀਂ ਦੇਖੋ ਰਈਏ ਵਾਲਾ ਮਿੱਟੀ ਵਾਲਾ ਪੁਲ ਢਾ ਕੇ ਅਸੀਂ ਪਿੱਲਰ 'ਤੇ ਬਣਵਾ ਰਹੇ ਹਾਂ ਜੰਡਿਆਲੇ ਵਾਲਾ ਬਣ ਰਿਹਾ ਫਿਰ ਅੱਗੇ ਮਾਨਾ ਵਾਲੇ ਬਣਨਾ ਆ ਫਿਰ ਬੈਸਟ ਪ੍ਰਾਈਜ਼ ਦੇ ਸਾਹਮਣੇ ਬਣਨਾ ਆ ਮਤਲਬ ਫ੍ਰੀ ਵੇ ਅਗਲੇ ਬੰਨੇ ਜਿਹੜਾ 6 ਲੈਣਾ ਉਹ ਹੋਏਗਾ ਔਰ ਸਾਰੀਆਂ ਲਾਈਟਾਂ ਜਿਹੜੀਆਂ ਨੇ ਟੋਟਲ ਬਾਈਪਾਸ ਦੇ ਉੱਤੇ ਜਗਣਗੀਆਂ ਤੇ ਉਹ ਜਿਹੜੇ ਨਵਜੋਤ ਸਿੰਘ ਸਿੱਧੂ ਸਾਹਿਬ ਜਿਹੜੇ ਉਹ ਹੜਤਾਲ ਤੇ ਸੀ ਤੇ ਸਾਰੀ ਪਾਰਟੀਆਂ ਕਹਿ ਰਹੀਆਂ ਸਿਆਸੀ ਲਾਹਾ ਲੈਣ ਵਾਸਤੇ ਇਸ ਤਰ੍ਹਾਂ ਦੇ ਕੰਮ ਕੀਤੇ ਕਾਂਗਰਸ ਵੱਧ ਕਿਸਮਤੀ ਹੈ ਜਿਹੜੀਆਂ ਪਾਰਟੀਆਂ ਕਹਿ ਰਹੀਆਂ ਨੇ ਉਹਨਾਂ ਨੂੰ ਕਿਸੇ ਦੀ ਦੁੱਖ ਨਾਲ ਦਰਦ ਨਹੀਂ ਦੁੱਖ ਵਡਾਉਣਾ ਤੇ ਵੈਸੇ ਆਮ ਬੰਦੇ ਦਾ ਫਰਜ਼ ਹੈ ਅਸੀਂ ਦੇਖੋ ਵਰਕਰ ਦੀ ਡੈਥ ਹੋ ਜਾਵੇ ਉੱਥੇ ਵੀ ਜਾਂਦੇ ਹਾਂ ਇੱਕ ਕਿਸਾਨ ਜਿਹੜੇ ਨਿਹੱਥੇ ਕਿਸਾਨਾਂ ਦੇ ਉੱਤੇ ਪਿੱਛੋਂ ਜੀਭ ਚੜਾ ਦਿੱਤੀ ਹੈ ਜਿਹੜੇ ਉਹ ਕਹਿ ਰਹੇ ਨੇ ਉਹ ਪਹਿਲੋਂ 47 ਤੋਂ ਪਹਿਲਾਂ ਵੀ ਗੋਰਿਆਂ ਦੀ ਗੋਦੀ 'ਚ ਸੀ ਹੁਣ ਕਾਲੇ ਗੋਰੇ ਨੇ ਉਹਨਾਂ ਦੀ ਗੋਦੀ 'ਚ ਬੈਠੇ ਨੇ ਉਹਨਾਂ ਦੀ ਭਾਸ਼ਾ ਬੋਲਦੇ ਨੇ ਮਸਲਾ ਹੱਲ ਹੋਏਗਾ ਬਿਲਕੁਲ ਹੋਏਗਾ ਕਿਉਂਕਿ ਜਿਹਨੇ ਗੁਨਾਹ ਕੀਤਾ ਹੈ ਉਹਨੂੰ ਕਾਨੂੰਨ ਦੇ ਤਹਿਤ ਸਜ਼ਾ ਮਿਲਣੀ ਚਾਹੀਦੀ ਦੇਖੋ ਇਹ ਹਰ ਇੱਕ ਦੀ ਆਪਣੀ ਬਿਰਤੀ ਹੈ ਕੀ ਕਹਿ ਸਕਦੇ ਅਸੀਂ ਤਾਂ 300 ਦਿਨ ਹੋ ਗਏ ਸਾਡੇ ਉੱਥੇ ਤੁਹਾਨੂੰ ਪਤਾ ਧਰਨੇ ਦੇ ਜੰਤਰ ਮੰਤਰ ਬੈਠੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨਾ ਨਿਆਂ ਇਹਨਾਂ ਨੂੰ ਮਿਲ ਸਕੇ ਪਾਰਲੀਮੈਂਟ 'ਚ ਹਰ ਜਗ੍ਹਾ 'ਤੇ ਇਹਨਾਂ ਸਾਥੀ ਦਾ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਪੂਰਾ ਸਾਥ ਦਿੱਤਾ ਹੁਣ ਇਹ ਉਹਨਾਂ ਦੀ ਕੀ ਮਰਜ਼ੀ ਹੈ ਇਹ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਤਾਨਾਸ਼ਾਹੀ ਰਵੱਈਆ ਕਿਤੇ ਨਾ ਕਿਤੇ ਭਾਜਪਾ ਦਾ ਦੇਖ ਰਿਹਾ ਹੈ ਚਾਹੇ ਉਹ ਹਰਿਆਣਾ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਤੁਸੀਂ ਵੀ ਜਿਹੜਾ ਆਪਣਾ ਸੰਸਦ ਦੇ ਵਿੱਚ ਬੈਠੇ ਰਹੇ ਹੋ ਰਾਤ ਤੁਸੀਂ ਕੱਟੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜੇਕਰ ਹੁਣ ਦੀ ਗੱਲ ਕਰੀਏ ਪ੍ਰਿਅੰਕਾ ਗਾਂਧੀ ਹੋਣਾਂ ਦੇ ਵੀ ਰੋਕਿਆ ਗਿਆ ਉਹਨਾਂ ਨੂੰ ਤੇ ਤਾਨਾਸ਼ਾਹੀ ਰਵੱਈਆ ਕੀ ਮਜਬੂਰੀ ਕੀ ਸਮਝਦੇ ਹੋ ਇਸ ਵਿੱਚ ਉਹਨਾਂ ਦੀ ਦੇਖੋ ਮੈਂ ਉੱਥੇ ਜਾ ਕੇ ਆਇਆ ਹੁਣ ਲਖੀਮਪੁਰ ਤੋਂ ਆਇਆ ਮੈਂ ਉੱਥੇ ਜੋ ਇਹਨਾਂ ਦਾ ਵਿਹਾਰ ਦੇਖਿਆ ਭੇਸ ਬਦਲ ਕੇ ਸਾਨੂੰ ਜਾਣਾ ਪਿਆ ਅਫਸੋਸ ਕਰਨੀ ਤੁਸੀਂ ਜਾ ਸਕਦੇ ਕਿਸੇ ਦੇ MLA ਸਾਹਿਬ ਨੂੰ ਪੁੱਛੋ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਮੈਂ ਭੇਸ ਬਦਲ ਕੇ ਰਾਤ 18 ਘੰਟੇ ਡਰਾਈਵ ਕਰਕੇ ਪਿੰਡਾਂ ਦੇ ਵਿੱਚੋਂ ਦੀ ਜਾ ਕੇ ਅਸੀਂ ਫਿਰ ਉਸ ਪਰਿਵਾਰ ਨੂੰ ਮਿਲ ਪਏ ਮੋਟਰਸਾਈਕਲਾਂ 'ਤੇ ਗਏ ਅਸੀਂ ਸੋ ਇਹ ਤਾਨਾਸ਼ਾਹੀ ਰਵੱਈਆ ਜਿਹੜਾ ਹੁੰਦਾ ਇਹ ਆਦਤਾਂ ਹੁੰਦੀਆਂ ਨੇ ਜਿਹੜੀ ਪਾਰਟੀ ਗੋਰਿਆਂ ਦਾ ਸਾਥ ਦੇ ਕੇ ਬਣੀ ਹੋਵੇ ਜਿਹਦਾ ਆਜ਼ਾਦੀ 'ਚ ਹਿੱਸਾ ਨਾ ਹੋਵੇ ਜਿਹਨੂੰ ਦੇਸ਼ ਦੇ ਸੰਵਿਧਾਨ ਨਾਲ ਕੋਈ ਤਲੁਕ ਵਾਸਤਾ ਨਾ ਹੋਵੇ ਜਿਹਨੂੰ ਸੰਵਿਧਾਨਿਕ ਕਦਰਾਂ ਕੀਮਤਾਂ ਦਾ ਪਤਾ ਹੀ ਨਾ ਹੋਵੇ ਉਹ ਪਾਰਟੀ ਤੋਂ ਆਸ ਕੀ ਰੱਖ ਸਕਦੇ ਆ ਰਾਸ਼ਟਰ ਭਗਤ ਰਾਸ਼ਟਰ ਭਗਤ ਵੇਖ ਲਓ ਕਿਹੋ ਜਿਹੇ ਨੇ ਜੇ ਉਹ ਕਿਸਾਨ ਮਰਦਾ ਉਹਦੀ ਤਾਂ ਗੱਲ ਨਹੀਂ ਕਰਦੇ ਜੇ ਕੋਈ ਗੱਡੀ ਚੜਾ ਦਿੰਦਾ ਆ ਉੱਥੇ ਉਹਦੇ ਘਰ ਅਫਸੋਸ ਕਰਨੀ ਜਾਣਦੇ ਰਾਸ਼ਟਰ ਭਗਤ ਰਾਸ਼ਟਰ ਭਗਤ ਇਹੋ ਜਿਹਾ ਰਾਸ਼ਟਰ ਤਰੀਕ ਸੋਚਿਆ ਸਾਡੇ ਸ਼ਹੀਦਾਂ ਨੇ ਇਹੋ ਜਿਹਾ ਰਾਸ਼ਟਰ ਭਗਤ ਸਿੰਘ ਨੇ ਹੀ ਸੋਚਿਆ ਨਾ ਮਹਾਤਮਾ ਗਾਂਧੀ ਜੀ ਉਹਨਾਂ ਸੋਚਿਆ ਸਿੱਧੂ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਗਾਲ ਕੱਢਦੇ ਨਜ਼ਰ ਆ ਰਹੇ ਨੇ ਉਹਨੂੰ ਕੀ ਸਮਝਦੇ ਉਹ ਮੇਰਾ ਖਿਆਲ ਹੈ ਉਹਨੂੰ ਧਿਆਨ ਨਾਲ ਚੈੱਕ ਕਰਨਗੇ ਕਿਤੇ ਇਹ ਮੋਡੀਫਾਈ ਤਾਂ ਨਹੀਂ ਹੋਈ ਕਿਸੇ ਤਰ੍ਹਾਂ ਕਿਸੇ ਨੇ ਕੋਈ ਛੇੜਛਾੜ ਤਾਂ ਨਹੀਂ ਕੀਤੀ ਜੀ ਅੱਜ ਸੁਖਬੀਰ ਬਾਦਲ ਤੇ ਜੁੱਤੀ ਸੁੱਤੀ ਗਈ ਮਾੜੀ ਗੱਲ ਹੈ ਦੇਖੋ ਮੈਂ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਇਹੋ ਜੀ ਕੰਮ ਕਿਸੇ ਨਾਲ ਨਹੀਂ ਕਰਨਾ ਮੈਂ ਕਹੂੰਗਾ ਜਿਹਨੂੰ ਹਰਾਉਣਾ ਤੁਸੀਂ ਵੋਟਾਂ 'ਤੇ ਹਰਾਓ ਇਹੋ ਜਿਹੇ ਕੰਮ ਨਾ ਕਰੋ ਇਹ ਆਦਤਾਂ ਮਾੜੀਆਂ ਨੇ ਕਿਸੇ ਵੀ ਪਾਰਟੀ ਦੇ ਨਾਲ ਹੋਵੇ ਕਿਸੇ ਵੀ ਭਾਵੇਂ ਸਰਪੰਚ ਦੇ ਪਿੰਡ ਦੀ ਦਾ ਵੀ ਹੋਵੇ ਜੇ ਸਰਪੰਚ ਨਹੀਂ ਚੰਗਾ ਲੱਗਦਾ ਤਾਂ ਵੋਟਾਂ ਪਾ ਕੇ ਉਹਨੂੰ ਹਰਾ ਦਿਓ ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਦੇ ਵੀ ਲਿੰਕ ਵੀ ਪਾਕਿਸਤਾਨ ਨਾਲ ਲੱਗੇ ਨੇ ਉਸ ਗਲਤ ਗੱਲਾਂ ਨੇ ਬਿਲਕੁਲ ਗਲਤ ਗੱਲਾਂ ਨੇ ਨਵਜੋਤ ਸਿੰਘ ਸਿੱਧੂ ਦੇਸ਼ ਲਈ ਖੇਡਿਆ ਆ ਔਰ ਨਵਜੋਤ ਸਿੰਘ ਸਿੱਧੂ ਇੱਕ ਅੱਛਾ ਲੋਕਾਂ ਦੇ ਮਨ ਦਾ ਪਿਆਰਾ ਨੇਤਾ ਹੈ ਪਰ ਤੁਹਾਡੇ ਸਾਬਕਾ ਸੀਐਮ ਕਹਿ ਰਹੇ ਉਹਨਾਂ ਨੂੰ ਮੈਂ ਜਿੱਤਣ ਨਹੀਂ ਦਿਆਂਗਾ ਔਰ ਨਾ ਹੀ ਕਿਸੇ ਐਸੇ ਸੰਵਿਧਾਨਿਕ ਅਹੁਦੇ ਦੇ ਉੱਤੇ ਖੜੇ ਹੁੰਦੇ ਆਂਗਾ ਚਲੋ ਮੇਰਾ ਖਿਆਲ ਹੈ ਉਹ ਵੱਡੇ ਨੇ ਮੈਂ ਉਹਨਾਂ ਦੇ ਬੋਲੀ ਡਿਪਟੀ ਕਰ ਰਿਹਾ ਪਰ ਉਹਨਾਂ ਨੂੰ ਬੇਨਤੀ ਇਹੀ ਕਰਾਂਗਾ ਕਾਂਗਰਸ ਪਾਰਟੀ ਦੇ ਉਹ ਵੱਡੇ ਲੀਡਰ ਨੇ ਥੰਮ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਛੱਡ ਗਏ ਉਹ ਛੱਡ ਗਏ ਪਰ ਅਸੀਂ ਉਹਨਾਂ ਨੂੰ ਫਿਰ ਬੇਨਤੀ ਕਰਾਂਗੇ ਕਿ ਕਾਂਗਰਸ ਦੇ ਵਰਕਰ ਨੇ ਉਹਨਾਂ ਨੂੰ ਬਹੁਤ ਸਮਾਂ ਉਹਨਾਂ ਦਾ ਸਾਥ ਦਿੱਤਾ ਹੁਣ ਵਰਕਰ ਦਾ ਉਹ ਸਾਥ ਧੰਨਵਾਦ ਜੇ ਨਹੀਂ ਦੇਣਗੇ ਤਾਂ ਫਿਰ ਕੀ ਕਰੋਗੇ ਮਤਲਬ ਕੋਈ ਪਹੁੰਚੇ ਨੇ।